एसजीपीसी दे प्रधान हरजिंदर सिंह धामी ने गुरु घर जमीना नहीं छड़िया ते गोलकां भी खा लिया ते गुरु घर दे लंगर दी जूड़ तक नहीं छड़ी। अजिहे जिहड़े बयान आ इल्जाम आ जिहड़े ओह बलदेव सिंह वडाला दे वल्लों लगाए जा रहे ने ते हरजिंदर सिंह धामी ते निशाने आ जिहड़े साधे जा रहे ने ते कहा गया है कि अज तक जिहड़े सिखां नूं लैके हालात चल रहे ने उस नूं लैके हरजिंदर सिंह धामी ते कुछ इल्जाम लगे ने ते कहा है कि गुरु घरां दीआं जमीनां भी नहीं छड़ियां ते लंगर दी जूठ तक नहीं इन्हां ने छड़ी ते अजिहे जिहड़े निशाने आ ਉਹ ਧਾਮੀ ਤੇ ਲਗਾਏ ਜਾ ਰਹੇ ਨੇ। ਆਓ ਸੁਣਦੇ ਆ ਪੂਰੇ ਮੁੱਦੇ ਨੂੰ ਲੈ ਕੇ ਬਲਦੇਵ ਸਿੰਘ ਬਟਾਲਾ ਦੇ ਇਸ ਮੁੱਦੇ ਤੇ ਹੋਰ ਕੀ ਕਹਿਣਾ। ਅੱਜ ਹਾਲਾਤ ਇਹਨਾਂ ਨੇ ਬਣਾਏ, ਜ਼ਮੀਨਾਂ ਗੁਰੂ ਕੀਆਂ ਵੇਚੀਆਂ, ਗੋਲਕਾਂ ਗੁਰੂ ਕੀਆਂ ਖਾਧੀਆਂ, ਲੰਗਰਾਂ ਦੀ ਜੂਠ ਤੱਕ ਵੇਚ ਕੇ ਖਾ ਗਏ। ਆਹ ਜਿਹੜਾ ਦਰਬਾਰ ਸਾਹਿਬ ਬੈਠੇ ਨੇ ਕਿੰਨਾ ਦੀ ਧਾਮੀ ਹੋਣਾ ਦਾ ਸਾਰਾ ਲਾਣਾ ਇਹੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਨਾ ਕਢਾਉਣਾ ਚਾਹੁੰਦੇ ਵੀ ਤੁਸੀਂ ਨਾ ਲੈ ਦਿਓ ਭਾਈ ਸਾਹਿਬ, ਹਾਂ ਤੇ ਅਸੀਂ ਤਾਂ ਸ਼ਰੇਆਮ ਕਹਿ ਰਹੇ ਹਾਂ, ਅੱਜ ਕੋਈ ਨਵਾਂ ਕਹਿ ਰਹੇ ਹਾਂ, 6 ਸਾਲ ਤੋਂ ਕਹਿ ਰਹੇ। ਉਹ ਤੁਹਾਨੂੰ ਵੀ ਪਤਾ ਤੁਸੀਂ ਨਿਆਣੇ ਹੋ, ਬਾਦਲ ਪਰਿਵਾਰ ਹੋਰ ਕਿਹੜਾ, ਤੁਸੀਂ ਮੇਰੇ ਕੋਲ ਵਾਰ ਵਾਰ ਸੁਣਦੇ ਹੋ, ਤੁਸੀਂ ਦੱਸਦੇ ਹੋ, ਤੁਹਾਨੂੰ ਕਿਹੜਾ ਪਤਾ ਨਹੀਂ। ਇਸ ਲਈ ਇਹਨਾਂ ਨੇ ਸਾਰਾ ਕੁਛ ਉੱਥੇ ਘਟਨਾਕ੍ਰਮ ਕੀਤਾ। ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾ ਗਏ, 1000 ਸਰੂਪ ਮੇਦ ਨਚੈਨਾ ਬਣ ਗਿਆ, ਦੋਸ਼ੀ ਲਿਆ ਕੇ ਕੱਲ ਤੱਕ ਸਭ ਤੇ ਇਹਨਾਂ ਦੇ ਵਕਾਊ ਉਹਨਾਂ ਜਥੇਦਾਰ ਜਿਹੜੇ ਫਿਰ ਮੈਂ ਕਹਾਂ ਪੁਜਾਰੀ ਬਾਅਦ 'ਚ ਕੇਵਲ ਭੇਟਾ ਖਾਣ ਤੱਕ ਸੀਮਤ ਰਹਿ ਗਏ, ਉਹਨਾਂ ਨੇ ਉੱਥੇ ਲਿਆ ਕੇ ਮਾਫ਼ ਕਰ ਦਿੱਤੇ। ਹੁਣ ਇਸ ਲਾਣੇ ਦਾ ਸਫਾਇਆ ਜਿਹੜਾ ਹੈ ਉਹ ਭਾਈ ਮਹਿਤਾਬ ਸਿੰਘ ਬਣੇ ਬਿਨਾਂ ਹੋਣਾ ਨਹੀਂ, ਇਸ ਲਈ ਅਸੀਂ ਘਰ ਘਰ ਜਾਵਾਂਗੇ। ਜਿਹੜੇ ਲੋਕ ਕਹਿੰਦੇ ਮੈਨੂੰ ਨੀਵੀਂ ਜਾਤੀ ਦਾ ਕਹਿ ਕੇ ਗੁਰਦੁਆਰੇ 'ਚੋਂ ਧੱਕੇ ਮਾਰ ਦਿੱਤੇ, ਕੱਢ ਦਿੱਤਾ, ਅੱਜ ਅਸੀਂ ਭਾਈ ਮਹਿਤਾਬ ਸਿੰਘ ਦੀ ਸੋਚ ਨੂੰ ਲੈ ਕੇ ਆਵਾਜ਼ ਦਿੰਦੇ ਹਾਂ। ਆਓ ਸਾਡੇ ਪਲੇਟਫਾਰਮ 'ਤੇ। ਸਾਡਾ ਜਨਮ ਹੋਇਆ 2016 ਤੋਂ ਚੱਲੇ ਸੀ, ਇਹ ਸਾਰਿਆਂ ਨੂੰ 92 ਸੀਟਾਂ ਤੋਂ ਦੋਵਾਂ 'ਤੇ ਲੈ ਆਏ ਹਾਂ। ਕੌਣ ਆਇਆ ਥੱਲੇ? ਅਸੀਂ ਤਾਂ ਉੱਥੇ ਹੀ ਹਾਂ ਜਿੱਥੇ ਸੀਗੇ। ਜਿਹੜਾ ਭੁੰਜੇ ਬੈਠਾ ਹੁੰਦਾ ਉਹਨੂੰ ਡਿੱਗਣ ਦਾ ਡਰ ਨਹੀਂ ਹੁੰਦਾ, ਅਸੀਂ ਪਹਿਲਾਂ ਹੀ ਥੱਲੇ ਬੈਠੇ ਹੋਏ ਤੱਪੜ ਵਿਛਾ ਕੇ। ਸੱਥਰ 'ਤੇ ਬੈਠਾ ਗੁਰਕਲਗੀਧਰ ਗੂੜੀ ਨੀਂਦ ਸੁੱਤਾ ਹੈ, ਡਿਪਰੈਸ਼ਨ 'ਚ ਤਾਂ ਔਰੰਗਜ਼ੇਬ ਹੈ, ਉਹ ਡਿਪਰੈਸ਼ਨ 'ਚ ਹੈ, ਉਹਨੂੰ ਨੀਂਦ ਨਹੀਂ ਆਉਂਦੀ, ਇਸ ਲਈ ਅਸੀਂ ਥੱਲੇ ਲੈ ਆਉਂਦੇ ਆ। ਇਹ ਆਖੋ ਲਿਆਂਦੇ ਆ ਜੀ, 92 ਤੋਂ ਦੋਵਾਂ 'ਤੇ ਲਿਆਂਦੇ ਆ, 86 ਲੱਤ ਤੋੜ ਦਿੱਤੀ, ਹੁਣ ਜਿਹੜੀ ਹੈ ਧਾਰਮਿਕ ਵਰਤ ਰਹੇ ਨੇ ਇਹ ਵੀ ਤੋੜਾਂਗੇ। ਨਹੀਂ ਨਹੀਂ, ਮੈਂ ਇਹ ਕਹਿ ਰਿਹਾ ਕਿ ਉਹਨਾਂ ਦੀ ਇੱਕ 86 ਲੱਤ ਤਾਂ ਤੋੜ ਦਿੱਤੀ, ਇੱਕ ਰਹਿ ਗਈ ਜਿਹੜੀ ਉਹ ਧਾਰਮਿਕ ਵਰਤ ਰਹੇ ਆ, ਪਰ ਧਾਰਮਿਕ ਹੈ ਨਹੀਂ, ਹੁਣ ਇਹ ਵੀ ਉਹਨਾਂ ਦੇ ਹੱਥੋਂ ਜਾਣੀ ਹੈ। ਉਹਨਾਂ ਪੰਥ ਦੀਆਂ ਤੋੜੀਆਂ ਸੀ, ਹੁਣ ਇਹਨਾਂ ਦੀਆਂ ਆਪਣੀਆਂ ਟੁੱਟਣਗੀਆਂ। ਇਹਨਾਂ ਪੰਥ ਨੂੰ ਸਿਵਿਆਂ ਤੱਕ ਖੜਿਆ ਹੈ, ਪੰਥ ਇਹਨਾਂ ਨੂੰ ਸਿਵਿਆਂ ਤੱਕ ਖੜੂ। ਇਲਜ਼ਾਮ ਉਹ ਹੁੰਦੇ ਨੇ ਜਿਹੜੇ ਬਿਨਾਂ ਪਰੂਫ ਤੋਂ ਬਿਨਾਂ ਸਬੂਤ ਤੋਂ ਹਵਾ 'ਚ ਤੀਰ ਹੋਣ, ਜਿਹੜੇ ਵਿਦ ਪਰੂਫ ਗੱਲ ਕਰਦੇ ਹੋਣ। ਜੇ ਇਹ ਸੈਣੀ ਪ੍ਰੀਤ ਸਿੰਘ ਵਰਗਿਆਂ 'ਤੇ ਪਰਚੇ ਕਰਾ ਦਿੰਦੇ, ਹੁਣ ਉਹ ਕੀ ਉਹਦੇ ਕੀ ਗਲਤ ਕਹਿ ਦਿੱਤਾ ਸੀ? ਵਿਦ ਪਰੂਫ ਗੱਲ ਕਰ ਰਿਹਾ ਨਾ, ਉਹ ਲਿਆ ਕੇ ਪਰਚਾ ਠੋਕ ਦਿਓ ਜੀ। ਇਸ ਲਈ ਉਹਨਾਂ ਨੇ ਜਿਹੜੀਆਂ ਕੁਰੀਤੀਆਂ ਕੀਤੀਆਂ ਉਹ ਸਾਰੀਆਂ ਸਾਹਮਣੇ ਹੈ, ਘਪਲੇ ਕੀਤੇ, ਗੋਲਕਾਂ ਦੇ ਪੈਸੇ ਖਾਧੇ, ਕਰੋੜ ਰੁਪਈਆ ਜੂਠ ਦਾ ਖਾਧਾ, ਇਹਨਾਂ ਨੇ ਹੀ ਦੱਸਿਆ, ਸਾਨੂੰ ਤਾਂ ਪਤਾ ਨਹੀਂ, ਇਹੀ ਕਹਿ ਰਹੇ ਵੀ ਸਾਡੇ ਕੋਲ ਹੋਇਆ। ਅਤੇ ਦੂਜੇ ਬੰਨੇ ਜਿਹੜੀ ਸੇਵਾ ਹੈ, ਇੱਥੇ ਪੰਜਾਬ ਵਿੱਚ ਜੰਮਣ ਵਾਲਾ ਵੀ 3.5 ਕਰੋੜ ਦਾ ਕਰਜ਼ਾ ਲੈ ਕੇ ਜੰਮ ਰਿਹਾ ਅਤੇ ਮਰਨ ਵਾਲਾ ਛੱਡ ਕੇ ਮਰ ਰਿਹਾ, ਅਤੇ ਰਾਜ ਤਾਂ ਇੰਨਾ ਹੀ ਕੀਤਾ, ਫਿਰ ਕਿਹੜੀ ਸੇਵਾ ਨਿਸ਼ਕਾਮ ਹੋ ਗਈ? ਇਹਨਾਂ ਦੀ ਉਦੋਂ ਦੀ ਪ੍ਰੋਪਰਟੀ ਵੀ ਕਰਾ ਲਓ ਸਾਰੀ, ਉਹਦੀ ਜਾਂਚ ਉਦੋਂ ਕੀ ਸੀ ਅਤੇ ਅੱਜ ਵਾਲੀ ਵੀ ਕਰਾ ਲਓ, ਪਤਾ ਲੱਗ ਜੂ।